ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਫਿਰੋਜ਼ਪੁਰ ਪੁੱਜੇ ਜਿੱਥੇ ਉਹਨਾਂ ਨੇ ਸੀਐਮ ਕੈਪਟਨ ਨੂੰ ਆਲੇ ਹੱਥੀ ਲੈਂਦਿਆਂ ਕਿਹਾ ਕਿ ਕਰਤਾਰਪੁਰ ਕੋਰੀਡੋਰ ਦੇ ਖੁੱਲ੍ਹਣ ਤੱਕ ਸੀਐਮ ਕੈਪਟਨ ਕੋਈ ਵੀ ਨਕਾਰਾਤਮਕ ਬਿਆਨ ਨਾ ਦੇਣ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ 12 ਨਵੰਬਰ ਤੱਕ ਆਪਣੇ ਸ਼ਬਦਾਂ ਤੇ ਵਿਰਾਮ ਲਗਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਜਿਹੇ ਬਿਆਨਾਂ ਦੇ ਨਾਲ ਕਰਤਾਰਪੁਰ ਕੋਰੀਡੋਰ ਤੇ ਅਸਰ ਪੈ ਸਕਦਾ ਹੈ। ਇਸ ਦੇ ਨਾਲ ਹੀ ਉਹਨਾਂ ਤੰਜ ਕਸਦਿਆਂ ਕਿਹਾ ਕਿ ਅਜਿਹੇ ਬਿਆਨਾਂ ਤੋਂ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਰਤਾਰਪੁਰ ਕੋਰੀਡੋਰ ਖੁੱਲ੍ਹਣ ਤੋਂ ਰੋਕਣਾ ਚਾਹੁੰਦੇ ਨੇ। ਮੈਂ ਪਹਿਲੀ ਗੱਲ, ਮੈਂ 12 ਤਰੀਕ ਤੱਕ ਮੈਂ ਬੇਨਤੀ ਕਰਨਾ ਚਾਹੁੰਦਾ ਕੈਪਟਨ ਸਾਹਿਬ ਨੂੰ, ਤੁਸੀਂ ਆਪਣਾ ਮੂੰਹ ਨੂੰ ਵਿਰਾਮ ਦਿਓ, ਕਿਉਂਕਿ ਹਰ ਰੋਜ਼ ਕੋਈ ਨਾ ਕੋਈ ਕੰਟਰੋਵਰਸੀ, ਕੋਈ ਆਹ ਸ਼ੁਭ ਦਿਹਾੜੇ ਆ, ਸ਼ੁਭ ਦਿਨ ਹੈ, ਆਪਾਂ ਹੱਸ ਕੇ ਖੁਸ਼ੀ ਨਾਲ ਪਰਮਾਤਮਾ ਦਾ ਸ਼ੁਕਰਾਨਾ ਕਰੀਏ ਜੇ ਆਪਣੀ ਕਿਸਮਤ 'ਚ ਇੰਨਾ ਸ਼ੁਭ ਦਿਹਾੜਾ ਆਇਆ। ਹਰ ਰੋਜ਼ ਸਟੇਟਮੈਂਟ ਦੇਣੀ, ਕੋਈ ਨਾ ਕੋਈ ਵਿਘਨ ਵਾਲੀ ਗੱਲ ਪਾਉਣੀ, ਗੁਰੂ ਦੀ ਬਖਸ਼ਿਸ਼ ਨਾਲ ਕਰਤਾਰਪੁਰ ਸਾਹਿਬ ਲੰਘਾ ਹੋਇਆ, ਪਰਮਾਤਮਾ ਦੀ ਬਖਸ਼ਿਸ਼ ਹੋਈ ਹੈ, ਨਾ ਕਿਸੇ ਦੀ ਹਿੰਮਤ ਨਹੀਂ ਹੈ, ਪਰਮਾਤਮਾ ਨੇ ਸਾਰਿਆਂ ਦੀ ਅਰਦਾਸ ਪੂਰੀ ਹੋਈ ਹੈ। ਐਵੇਂ ਕਹੀ ਜਾਣਾ ਕਿ ਉੱਥੇ ਆਈ ਸਹੀ ਹੋ ਜੂਗੀ, ਇਹ ਹੋ ਜੂਗਾ, ਇਹ ਕਿਵੇਂ ਹੋ ਜੂਗਾ ਆਈ ਸਹੀ, ਤੁਸੀਂ ਇਹਦਾ ਮਤਲਬ ਤੁਸੀਂ ਰੋਕਣਾ ਚਾਹੁੰਦੇ ਹੋ, ਵਿਘਨ ਪਾਉਣਾ ਚਾਹੁੰਦੇ ਹੋ? ਘੱਟ ਤੋਂ ਘੱਟ ਯਾਰ ਖੁਸ਼ੀ ਦੇ ਮੌਕੇ ਤੁਸੀਂ ਕਿਉਂ ਵਿਘਨ ਪਾਉਣਾ ਚਾਹੁੰਦੇ ਹੋ? ਛੱਡ ਦਿਓ, ਕੋਈ ਫਰਕ ਨਹੀਂ ਪੈਂਦਾ ਇਹਦੇ ਨਾਲ, ਤੁਹਾਡੇ ਕੋਈ ਨੰਬਰ ਨਹੀਂ ਬਣਦੇ। ਫਿਰੋਜ਼ਪੁਰ ਤੋਂ ਅਕਸ਼ੇ ਗਲਹੋਤਰਾ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ।